ਹੰਜਲ ਤੁਹਾਡੇ ਨਾਲ ਇਸ ਵੇਲੇ ਹਾਜ਼ਰ ਹਾਂ ਜੀ ਆਦਮਪੁਰ ਦੇ ਵਿੱਚ ਲਗਭਗ ਇੱਥੇ 11% ਵੋਟਿੰਗ ਹੋ ਚੁੱਕੀ ਹੈ ਤੇ ਇੱਕ ਭਾਜੀ ਹੈ ਵੋਟ ਪਾ ਕੇ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਇੱਥੋਂ ਦੇ ਪ੍ਰਬੰਧ ਕਿਹੋ ਜਿਹੇ ਲੱਗੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇ ਤੁਹਾਨੂੰ ਪ੍ਰਬੰਧ ਲੱਗੇ ਇੱਥੋਂ ਦੇ ਪ੍ਰਬੰਧ ਠੀਕ ਹੋ ਜੀ ਵਧੀਆ ਪੈ ਗਏ ਵੋਟ निवेकली पहल की गई है कि आज दे दिन जिहड़े वोट पा रहे ने आदमपुर दे विच असीं पहला भी पिछे कवरेज की है हुणे थोड़ा टाइम पहला तो उत्थे जिहड़े बुजुर्ग है वोट पा रहे ने तो उहनां नूं सर्टिफिकेट दिते जा रहे ने ਜ਼ਿਮਨੀ ਚੋਣਾਂ ਦੇ ਸੰਬੰਧੀ ਲੋਕਾਂ ਦਾ ਉਤਸ਼ਾਹ ਵਧਦਾ ਜਾ ਰਿਹਾ ਤੇ ਕਿਹੋ ਜੀ ਪਾਰਟੀ ਨੂੰ ਚੁਣਨਾ ਚਾਹੋਗੇ ਕਿ ਤੁਸੀਂ ਕਿ ਜਿਹੜਾ ਤੁਹਾਡਾ ਜਿਹੜਾ ਸਵਾਰੇ ਅੱਗੇ ਮੈਨੂੰ ਜਿੱਦਾਂ ਮਤਲਬ ਕਹਿੰਦਾ ਜਿਹੜੀ ਸਰਕਾਰ ਉੱਪਰ ਆ ਜਿੱਦਾਂ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਤਾਂ ਥੱਲੇ ਐਮ ਪੀ ਐਮ ਐਲ ਏ ਵੀ ਉਸੇ ਸਰਕਾਰ ਦੇ ਹੋਣੇ ਚਾਹੀਦੇ ਆ ਜੀ ਤੇ ਤਾਂ ਹੀ ਵਧੀਆ ਮਤਲਬ ਸੁਧਾਰ ਹੋ ਸਕਦਾ ਹਾਂਜੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਚੀਫ ਪਾਰਲੀਮੈਂਟ ਸੈਕਟਰੀ ਪਵਨ ਕੁਮਾਰ ਟੀਨੂ ਜੀ ਵੋਟ ਪਾ ਕੇ ਆ ਚੁੱਕੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਕਿਹੋ ਜਿਹਾ ਰਿਸਪੌਂਸ ਰਿਹਾ ਇਹਨਾਂ ਦੀ ਪਾਰਟੀ ਨੂੰ ਇਹ ਵੀ ਪੁੱਛਾਂਗੇ ਸਤਿ ਸ਼੍ਰੀ ਅਕਾਲ ਜੀ बहुत वधिया रिस्पोंस मिलिया क्योंकि बड़ी देर बाद श्रोमणी अकाली दल ते बसपा जिहड़े आ लोक सभा च पहली बार लड़ रहे आ ते दोनों पार्टियां दे वर्करां च बहुत उत्साह आ ते नाले जलंधर च इको ही पार्टी का बहुत लंबे समय तो कब्जा रहा ते परफॉर्मेंस नेल रही है ते लोग हुण बदला करके श्रोमणी अकाली दल ते बसपा का कैंडीडेट जिताउणा चाहुंदे आ ਸਾਨੂੰ ਪੂਰੀ ਉਮੀਦ ਹੈ ਜਿਸ ਤਰ੍ਹਾਂ ਮੈਂ ਸਾਰੇ ਬੂਥਾਂ 'ਤੇ ਘੁੰਮ ਕੇ ਆਇਆ ਅਤੇ ਬਹੁਤ ਲੋਕਾਂ 'ਚ ਉਤਸ਼ਾਹ ਆ ਲੋਕ ਹੁਣ ਤਾਂ ਮੂੰਹੋਂ ਬੋਲਦੇ ਆ ਕਿ ਸਰਕਾਰ ਨੂੰ ਵੀ ਹਰਾਉਣਾ ਆ ਅਤੇ ਕਾਂਗਰਸ ਨੂੰ ਵੀ ਹਰਾਉਣਾ ਲੋਕ ਤਾਂ ਬਦਲਾਅ ਸਰ ਚਾਹੁੰਦੇ ਹੀ ਆ ਤਾਂ ਤੁਸੀਂ ਬਦਲਾਅ ਦੇ ਲਈ ਕੀ ਕਰੋਗੇ ਮਤਲਬ ਕਿ ਪਾਰਟੀ ਲੋਕਾਂ ਦੇ ਲਈ ਬਦਲਾਅ ਲਿਆਉਣ ਦੇ ਲਈ ਕੀ ਕੰਮ ਕਰੇ ਦੇਖੋ ਇੱਕ ਤਾਂ ਜੇ ਸਾਡੇ ਆਦਮਪੁਰ ਹਲਕੇ 'ਚ ਇੱਕ ਤਾਂ ਸਾਡਾ ਨਾ 6 ਸਾਲ ਤੋਂ ਫਲਾਈਓਵਰ ਦਾ ਕੰਮ ਲਟਕ ਗਿਆ ਹੈ ਕਿ ਸਾਡੇ ਦੌਰਾਨ ਸ਼ੁਰੂ ਹੋਇਆ ਸੀ ਲੇਕਿਨ ਉਸ ਤੋਂ ਬਾਅਦ ਕਾਂਗਰਸ ਨੇ 5 ਸਾਲ ਕੁਝ ਨਹੀਂ ਕੀਤਾ ਆਦਮਪੁਰ 'ਚ ਪਹਿਲੇ ਨੰਬਰ 'ਤੇ ਕੰਮ ਅਸੀਂ ਇਹ ਕਰਾਵਾਂਗੇ 6 ਮਹੀਨੇ 'ਚ ਕਰਾ ਦਾਂਗੇ ਅਤੇ ਦੂਜਾ ITI ਬੰਦ ਹੋਈ ਆ ਕਾਂਗਰਸ ਨੇ ਕੀਤੀ ਸੀ ਉਹਨੂੰ ਵੀ ਅਸੀਂ ਚਲਾਉਣਾ ਆ ਬਲਕਿ ਉਹਨੂੰ ਕੋਸ਼ਿਸ਼ ਕਰਾਂਗੇ ਹੋਰ ਵੀ ਕੁਛ ਕਰੀਏ ਵੱਡਾ ਅਤੇ ਜਲੰਧਰ 'ਚ ਕੋਈ ਐਸਾ ਹੈਲਥ ਦਾ ਕੋਈ ਮੈਡੀਕਲ ਕਾਲਜ ਲੈ ਕੇ ਆਉਣਾ ਆਦਮਪੁਰ ਦੇ ਏਅਰਪੋਰਟ ਨੂੰ ਚੰਗੀ ਤਰ੍ਹਾਂ ਓਪਰੇਸ਼ਨਲ ਕਰਨਾ ਕੋਸ਼ਿਸ਼ ਕਰਾਂਗੇ ਉਹਨੂੰ ਇੰਟਰਨੈਸ਼ਨਲ ਕਰੀਏ ਅਤੇ ਚੰਗੇ ਐਜੂਕੇਸ਼ਨ ਦੇ ਇੰਸਟੀਟਿਊਸ਼ਨ ਲੈ ਕੇ ਆਉਣੇ ਖਾਸ ਕਰਕੇ ਇਹ ਸਾਡੀਆਂ ਪ੍ਰਾਇਓਰਟੀਜ਼ ਆ ਅਤੇ ਜਿਹੜੀ ਪੜ੍ਹਾਈ ਆ ਚੰਗੀ ਐਜੂਕੇਸ਼ਨ ਆ ਕੁਆਲਿਟੀ ਐਜੂਕੇਸ਼ਨ ਉਹ ਆਮ ਲੋਕਾਂ ਦੀ ਪਹੁੰਚ ਵਿੱਚ ਕਰਨਾ ਅਤੇ ਸਾਡੇ ਉਮੀਦਵਾਰ ਜਾ ਕੇ ਲੋਕ ਸਭਾ 'ਚ ਇਹ ਮੁੱਦੇ ਨੂੰ ਉਠਾਉਣਗੇ ਇਹ ਮੌਜੂਦਾ ਸਰਕਾਰ ਦੇ ਬਾਰੇ ਤੁਸੀਂ ਕੀ ਕਹੋਗੇ ਕਿ ਜ਼ਿਮਨੀ ਚੋਣਾਂ ਸੰਗਰੂਰ ਦੀਆਂ ਤਾਂ ਹਾਰ ਗਏ ਅਤੇ ਇਸ ਜਲੰਧਰ ਜ਼ਿਮਨੀ ਚੋਣਾਂ ਦੇ ਵਿੱਚ ਕੰਪੀਟੀਸ਼ਨ ਉਹਨਾਂ ਦਾ ਕਿਹੋ ਜਿਹਾ ਰਿਹਾ ਦੇਖੋ ਆਮ ਪਾਰਟੀ ਦੀ ਕਾਰਜਕਾਰੀ ਪਿਛਲੇ 14 ਮਹੀਨਿਆਂ ਤੋਂ ਬਹੁਤ ਨਿਕੰਮੀ ਆ ਜ਼ੀਰੋ ਆ ਅਤੇ ਸੰਗਰੂਰ ਵਿੱਚ ਲੋਕਾਂ ਨੇ ਇਹਨਾਂ ਨੂੰ ਠੋਕਵਾਂ ਜਵਾਬ ਦਿੱਤਾ ਸੀ ਹੁਣ ਤੁਸੀਂ ਵੇਖੋ ਅੱਜ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਕਹਿੰਦੀਆਂ ਕਿ ਸਿਰਫ ਲੋਕ ਸਭਾ ਹਲਕਾ ਜਿਹੜੇ ਲੋਕ ਆ ਵੋਟਰ ਆ ਉਹ ਹੀ ਰਹਿਣਗੇ ਹੁਣ ਇਹਨਾਂ ਨੇ ਬਾਹਰੋਂ ਲੋਕ ਬੁਲਾਏ ਹੋਏ ਆ ਆ ਮੈਂ ਹੁਣ ਆਦਮਪੁਰ ਮੇਨ ਰੋਡ ਦੇ ਉੱਤੇ ਕੋਈ ਹੁਸ਼ਿਆਰਪੁਰ ਤੋਂ ਕੋਈ ਅੰਮ੍ਰਿਤਸਰ ਤੋਂ ਕੋਈ ਬਟਾਲੇ ਤੋਂ ਕੋਈ ਤਰਨ ਤਾਰਨ ਤੋਂ ਕੋਈ ਫਤਿਹਗੜ੍ਹ ਸਾਹਿਬ ਤੋਂ ਇੱਦਾਂ ਗੱਡੀਆਂ ਆਈਆਂ ਔਰ ਇਹਨਾਂ ਨੂੰ ਪਤਾ ਹੀ ਨਹੀਂ ਵੀ ਪ੍ਰਚਾਰ ਵੀ ਬੰਦ ਹੋ ਗਿਆ ਅਤੇ ਹਾਲੇ ਵੀ ਸਿਰਾਂ 'ਤੇ ਟੋਪੀਆਂ ਧਰੀ ਫਿਰਦੇ ਆ ਗਲਾਂ 'ਚ ਪਰਨੇ ਪਾਈ ਫਿਰਦੇ ਆ ਨਿਸ਼ਾਨ ਲਾਈ ਫਿਰਦੇ ਆ ਇਹ ਇਹਨਾਂ ਨੂੰ ਨਾ ਸਮਝ ਆ ਇਹਨਾਂ ਨੂੰ ਪਤਾ ਨਹੀਂ ਵੀ ਕਾਇਦੇ ਕਾਨੂੰਨ ਰੂਲਸ ਐਂਡ ਰੈਗੂਲੇਸ਼ਨ ਕੀ ਹੁੰਦੇ ਆ ਮਰਿਆਦਾ ਕੀ ਹੁੰਦੀ ਆ ਅਤੇ ਇਹ ਗੈਰ ਗੰਭੀਰ ਅਤੇ ਗੈਰ ਤਜਰਬੇਕਾਰ ਲੋਕ ਨੇ ਸੋ ਪੰਜਾਬ ਨੂੰ 14 ਮਹੀਨਿਆਂ 'ਚ ਇਹਨਾਂ ਨੇ ਬਹੁਤ ਸਾਲਾਂ ਲਈ ਪਿੱਛੇ ਤੱਕ ਦਿੱਤਾ ਡਿਵੈਲਪਮੈਂਟ ਕੋਈ ਨਹੀਂ ਹੋਈ ਜਲੰਧਰ ਦੇ ਵਿੱਚ ਅਜੀਤ ਵੈਬ ਟੀਵੀ ਰਾਹੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦਿਓਗੇ ਜਲੰਧਰ ਵਾਸੀਆਂ ਨੂੰ ਖਾਸ ਕਰਕੇ ਮੈਂ ਜਲੰਧਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਦੇਖੋ ਪਿਛਲੀ ਵਾਰ ਆਪਾਂ ਝੂਠੀਆਂ ਗਰੰਟੀਆਂ 'ਚ ਆ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਨੂੰ ਹਰਾ ਲਿਆ ਪਰ ਉਹ ਹੀ ਇੱਥੇ ਦੀਆਂ ਖੇਤਰੀ ਅਤੇ ਰੀਜਨਲ ਅਤੇ ਜ਼ਿੰਮੇਵਾਰ ਪੰਜਾਬੀ ਪਾਰਟੀਆਂ ਆ ਜਿਨ੍ਹਾਂ ਨੇ ਭਾਈਚਾਰਕ ਸਾਂਝ ਲਈ ਪਹਿਲਾਂ ਵੀ ਕੰਮ ਕੀਤਾ ਅਤੇ ਪੰਜਾਬ ਨੂੰ ਇਕੱਠੇ ਵੀ ਰੱਖਣਾ
ਤੇ ਪੰਜਾਬ ਨੂੰ ਤਰੱਕੀ ਤੇ ਵਿਕਾਸ ਦੇ ਰਸਤੇ ਤੇ ਵੀ ਪਾਉਣਾ ਆ ਤੇ ਸਾਨੂੰ ਵੋਟ ਦਿਓ ਅਸੀਂ ਬਿਲਕੁਲ ਪੰਜਾਬ ਲਈ ਸਮਰਪਿਤ ਹੋ ਕੇ ਕੰਮ ਕਰਾਂਗੇ ਥੈਂਕ ਯੂ ਸਰ ਥੈਂਕ ਯੂ इन्हें पवन कुमार टीनू जी साबका चीफ पार्लीमेंट सैकटरी जिन्होंने साढ़े नाल गलबात की मौजूदा सरकार संबंधी उन्होंने अपने व्यूज दिते ते इहदे नाल ही वोट संबंधी उन्होंने जो जो प्रबंध सी वोटां संबंधी लोगों के उन्होंने की मतलब किन्नी सपोर्ट है इहदे बारे उन्होंने गलबात की इसे तरह होर नवी अपडेट लैके जल्दी हाजिर होवांगे बने रहो अजीत पब टीवी दे नाल मैं रोबिया धंजल कैमरामैन विक्रम दे नाल सत श्री अकाल जी अजीत पंजाबी दी ऑथेंटिक खबरां दे लई सबसक्राइब करो अजीत वैब टीवी ताज़ी खबरां दी नोटिफिकेशन